ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਪਾਕ ਪਤਨਕਾਸ ਤੇ ਮੈਂ ਤੁਹਾਡਾ ਦੋਸਤ ਅਹਿਮਦ ਫਰਾਸ। ਦੋਸਤੋ, ਸਭ ਤੋਂ ਪਹਿਲੇ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ ਵਾਲੇ ਬਰਾਵੀਰ ਪੇਜ ਨੂੰ ਫਾਲੋ ਕਰ ਲਓ, ਬਹੁਤ ਸ਼ੁਕਰੀਆ। ਅਸਲ ਦਰਿਆ ਸਤਲੁਜ ਤੇ ਤੁਹਾਡਾ ਬੜਾ ਫਰਾਸ ਆ ਗਿਆ। ਸਤਲੁਜ ਦਰਿਆ ਜਲਕੀ ਵਿਖਾਵਾਂਗੇ, ਨਾਮੀ ਨੇਟ ਪਿਓਰ ਨੀਲੀ ਦੀ ਜੋਟੀ ਮੂੰਹ ਚ ਚਾਰ ਦਿੰਦੀਆਂ ਤਾਜ਼ੀ ਸੂਈ। ਇਹਦਾ ਪਿਓ ਪਦੇਸ਼ੀ, 10 ਲੱਖ ਰੁਪਏ ਦਾ ਸੇਲ ਹੋਇਆ, ਇਹ ਮਾਲਕ ਕੋਲ ਬੈਠਾ। ਇਹਦਾ ਵਿਊ ਲਵਾਂਗਾ, ਮਾਲਕ ਕੋਲ ਲਈ ਹੈ। ਮਾਂ ਇਹਦੀ, ਭਰਾ ਕਹਿੰਦੇ ਨੇ, ਮਾਂ ਦੁੱਧ ਦਿੰਦੀ 13-14 ਕਿਲੋ, 20 ਲੀਟਰ ਠੰਡੇ ਦੁੱਧ ਦੀ ਮਾਲਕ ਆਈ। ਟੋਰ ਫੇਰ ਕੇ ਤਸਲੀਆ, ਉਸ ਦਰਿਆ ਦੀ ਜਲਕੀ ਆਵੇਗੀ। ਦਰਿਆ ਦੇ ਉੱਤੇ ਖੜੇ ਹੈ, ਦਰਿਆ ਹੈ, ਸਤਲੁਜ ਦੇ ਉੱਤੇ ਮੌਜੂਦ ਹੈ। ਸਭ ਤੋਂ ਪਹਿਲੇ ਬ੍ਰੇਕ ਲਾ ਕੇ ਬੈਠਾ। ਮੌਜੂਦਾ ਪਤਾ ਅੱਡਾ ਪੁੰਗਾ ਹਯਾਤ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ। ਮੋਬਾਈਲ ਨੰਬਰ ਸਾਡਾ 0300-87-54-743। ਕੈਮਰਾਮੈਨ ਸਾਹਿਬ ਪਿਓਰ ਨੀਲੀ, ਦਰਿਆਏ ਸਤਲੁਜ ਤੇ ਮੌਜੂਦ ਹੈ, ਦਰਿਆਏ ਸਤਲੁਜ ਤੇ ਮੌਜੂਦ ਹੈ, ਕਰਵਾਓ ਤਸਲੀਆਂ। ਲੋ ਜੀ ਦੋਸਤੋ, ਮਾਸ਼ਾਅੱਲਾ, ਪਿਓਰ ਨੀਲੀ ਜੋਟੀ ਮੂੰਹ ਵਿੱਚ ਚਾਰ ਦੰਦ, ਮੱਝ ਚੋਟੀ ਮੂੰਹ ਵਿੱਚ ਚਾਰ ਦੰਦ, ਇਹ ਕੁਆਲਿਟੀ। ਪਹਿਲੇ ਜੋਟੀ ਚਾਰ ਦੰਦੀਆਂ ਸੂਈ, ਪਿੱਛੇ ਕਟੜਾ, ਇਹ ਸਾਹਮਣੇ ਇਹ ਚੈੱਕ ਕਰੋ, ਗੁਮਾਫ ਜ਼ਵਾਨਾ ਚੈੱਕ ਕਰਾ। ਜਦੋਂ ਬਰਾਵਾ ਹਵਾਨਾ ਵੇਖਣਾ ਹੈ ਨਾ, ਬਰਾ ਸੋਚਣਗੇ ਵਲੈਤਨ ਗਾਂ ਹੈ ਕਿ ਜੋਟੀ ਹੈ। ਬਰਾ ਪਰੇਸ਼ਾਨ ਹੋਵਣਗੇ, ਇਹ ਦਰਿਆ ਦੀ ਇਹ ਚੋਟੀ ਹੈ ਕਿ ਗਾਂ ਵਲੈਤੀ ਹੈ, ਇਹ ਚੈੱਕ ਕਰੋ। ਮਾਸ਼ਾਅੱਲਾ, ਬਟਨ, ਇਹ ਬਟਨ ਚੈੱਕ ਕਰੋ, ਇਹ ਮਾਸ਼ਾਅੱਲਾ ਮੈਦਾਨ ਚੈੱਕ ਕਰੋ, ਇਹ ਚੈੱਕ ਕਰੋ, ਲਿਆ ਲਿਆ ਮਾਸ਼ਾਅੱਲਾ। ਦੋ ਬਟਨ, ਇਹ ਦਰਿਆ ਸਤਲੁਜ ਜੇ ਪਿਓਰ ਨੀਲੀ ਜੇ, ਦੋ ਬਟਨ ਮੌਜੂਦ, ਚੈੱਕ ਕਰਨੇ ਦੁਨੀ ਦੇ ਨਾਲ ਟੱਚ, ਦੁਨੀ ਦੇ ਨਾਲ ਟੱਚ। ਵਿਰਲ ਬੜੀ ਸੋਹਣੀ, ਹਵਾਨਾ ਬੜਾ ਸੋਹਣਾ, ਦਰਿਆ ਦੇ ਟਰੈਕਟਰ ਚੱਲੇ ਖਲੇ ਤਾਂ ਕਿ ਉਹਨਾਂ ਦਾ ਸਲਾਬ ਆਇਆ, ਕੰਮ ਕਰ ਰਹਿਣ, ਇਹ ਚੈੱਕ ਕਰਨਾ। ਮਾਸ਼ਾਅੱਲਾ, ਦੋ ਬਟਨ ਮੌਜੂਦ ਹਨ, ਜਿਹੜਾ ਬਰਾਲ ਜਾਵੇ ਅੱਲਾ ਉਹਦੇ ਨਸੀਬ ਕਰੇ। ਪਿਓਰ ਨੀਲੀ, ਦੋ ਬਟਨ ਮੌਜੂਦ, ਜੋਟੀ ਪਹਿਲਣ ਚਾਰ ਦਿੰਦੀਆਂ। ਅਸਲਾਮੁ ਅਲੈਕੁਮ ਜੀ ਸਰ, ਕੀ ਹਾਲ ਚਾਲ ਹੈ? ਚਾਚਾ ਜੀ, ਅਸੀਂ ਕਿੱਥੇ ਆਏ ਖੜਿਆ, ਜ਼ਬਾਨੀ ਦੱਸੋ। ਤੁਸੀਂ ਜੀ ਮੱਲੂ ਸ਼ੇਖੂ ਦੇ ਨਾਲ ਅਕਬਰ ਦਾ ਪਿੰਡ ਹੈ, ਉੱਥੇ ਆਏ। ਦਰਿਆ ਸਤਲੁਜ, ਦਰਿਆ ਖਾਸ ਹੈ, ਅੱਗੇ ਪਿੱਛੇ ਤਾਂ ਨਹੀਂ? ਬਰਾਵਾਂ ਵੀਰਾਂ ਨੂੰ ਇਹ ਦੱਸੋ ਵੀ ਇਹ ਨਸਲ ਦੁੱਧ ਦਾ ਕੀ ਰਿਕਾਰਡ ਹੈ ਤੇ ਕੀ ਇਹਦੀ ਗੱਲਬਾਤ ਹੈ? ਅਸੀਂ ਤੁਹਾਡੇ ਕੋਲ ਲੈ ਕੇ ਜਾ ਰਹੇ ਹਾਂ। 10 ਕਿਲੋ ਦੁੱਧ ਹੈ, ਦੂਸਰਾ ਹੈ ਕਿ ਇਹਦੀ ਮਾਂ 20 ਕਿਲੋ ਦੁੱਧ ਕਰਦੀ ਸੀ। ਅੱਛਾ, ਤੇ ਸਾਲ ਦੇ ਐਂਡ ਤੱਕ ਦੁੱਧ ਦਿੰਦੀਆਂ ਨੇ, ਜਿਵੇਂ ਵਲੈਤਨ ਗਾਂ ਦੁੱਧ ਦਿੰਦੀ ਹੈ, ਇਸੇ ਤਰ੍ਹਾਂ ਦੱਸਾਂ ਨੇ। ਜਿੰਨਾ ਤੱਕ ਮੇਰੇ 2.5 ਸਾਲ ਮਿਲਦੀਆਂ ਰਾਂਦੀਆਂ। ਅੱਛਾ, ਤੇ ਸਾਰੇ ਰੋੜਾ ਹੀ ਕੋਈ ਨਹੀਂ, ਇਹ ਸ਼ੇਖੂ ਕੇ ਘਰ ਦੀ ਮੱਝ ਹੈ, ਕੋਈ ਨਹੀਂ ਵੀ ਐਰੇ ਗੇਰੇ ਕਰਦੀ ਹੈ, ਤੇ ਇੱਕ ਨਾਂ ਹੈ ਸ਼ੇਖੂ ਕੀ ਮੱਝ ਦਾ, ਸ਼ੇਖੂ ਕੀ ਮੱਝਾਂ ਹੈ। ਦੋਸਤੋ, ਇਹ ਦਰਿਆ ਸਤਲੁਜ ਚੈੱਕ ਕਰ ਲਓ, ਸਲਾਬ ਆਇਆ ਸੀ। ਇਹ ਬ੍ਰਾਹਮਣ ਮੈਂ ਵਿਊ ਚੈੱਕ ਕਰਵਾ ਦੇਵਾਂ, ਇਹ ਵਿਊ ਚੈੱਕ ਕਰਨਾ, ਦਰਿਆ ਸਤਲੁਜ ਦੇ ਕਿਨਾਰੇ ਉੱਤੇ ਮੌਜੂਦ ਹੈ, ਸਲਾਬ ਆਇਆ ਜਿੰਦੀ ਵਜ੍ਹਾ ਤੂੰ ਐਸੀ ਖਰੀਦੀ ਹੈ। ਇਹ ਮੱਝਾਂ ਨੇ ਜਿੱਥੇ ਸ਼ਾਹਪਰੀ ਤੇ ਮੱਖਣ ਜੀ ਪਿੰਡ ਚ ਮੱਝ ਜਾਂਦੀ। ਚਾਚਾ, ਇਹਦਾ ਅਸੀਂ ਲਈ ਜਾਂਦੇ, ਅੱਗੇ ਸੇਲ ਕਰਨੀ ਹੈ, ਤਾਂ ਤੁਹਾਡਾ ਵਿਊ ਲਿਆ, ਜਿਹੜਾ ਬਰਾ ਲਵੇ ਤਸੱਲੀ ਹੋ ਜਾਵੇ ਕਿ ਅਸਲ ਦਰਿਆ ਹੈ, ਅਸਲ ਦਰਿਆ ਸੀ, ਕਿ ਸੇਲ ਕਰਨੀ ਹੈ। ਤੂੰ ਲਿਜਾ ਰਹੇ ਤੋਹਫਾ, ਅੱਗੇ ਇੱਕ ਲੈ ਗਿਆ ਸੀ, ਸੇਲ ਹੋ ਗਈ, ਉਹਨੇ ਇੱਕ ਹੋਰ ਲਈ ਜਾਂਦੇ ਤੁਹਾਡੇ ਕੋਲੋਂ। ਕਿਉਂ ਲਾਲਾ ਜੀ, ਤੁਹਾਡੇ ਨਾਮ ਤਾਂ ਮੈਨੂੰ ਨਹੀਂ ਪਤਾ, ਚੰਗੀ ਰਹੇਗੀ ਜਿਹੜਾ ਲਿਜਾਵੇਗਾ, ਇਨਸ਼ਾਅੱਲਾ ਚੰਗੀ। ਚਲੋ ਇੱਕ ਵਾਰ ਵਿਊ ਦਿਖਾਓ, ਘੁਮਾਓ ਜੀ, ਕਰੀਏ ਦੋਸਤੋ ਡਿਮਾਂਡ। ਡਿਮਾਂਡ ਬੜੀ ਮਕੂਲ, ਬੜੀ ਜੈਜ਼, ਕਿਸੇ ਮੇਰੇ ਬਰਾਵੀਰ ਨੂੰ ਪਿਓਰ ਨੀਲੀ ਦਾ ਨਗੀਨਾ ਤੋਹਫਾ।
ਇਹ ਚੈੱਕ ਕਰਨਾ, ਆਵੇ ਪਸੰਦ ਡਿਮਾਂਡ 4,10,000 ਰੁਪਏ ਸਿਰਫ, 4,10,000 ਰੁਪਏ ਸਿਰਫ ਡਿਮਾਂਡ ਹੈ, ਇਹ ਕੋਈ ਡਿਮਾਂਡ ਨਹੀਂ। ਇਹ ਚੈੱਕ ਕਰੋ ਮਾਸ਼ਾਅੱਲਾ, ਵਲੈਤਨਾ ਗਾਵਾਂ ਤਰ੍ਹਾਂ ਮਾਸ਼ਾਅੱਲਾ, ਹਵਾਨਾ ਤੇ ਪੂਸ਼ਲ ਦਾਗੇ ਰੰਗਾ। ਇਹ ਬਈ ਸਤਲੁਜ ਹੈ, ਬ੍ਰਾਹਮਣ ਪਤਾ ਜਿਹੜਾ ਬਰਾ ਸਮਝਦਾ, ਉਹਨੇ ਪਹਿਲੀ ਕਾਲ ਤੇ ਉਹਨੇ ਕਹਿਣਾ ਭੇਜ ਦੇ। ਦੋ ਬਟਨ ਮੌਜੂਦ ਹਨ, 4,10,000 ਰੁਪਏ ਡਿਮਾਂਡ, ਲੋਕੇਸ਼ਨ ਅੱਡਾ ਬੁੰਗਾ ਹਯਾਤ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ, ਮੋਬਾਈਲ ਨੰਬਰ ਸਾਡਾ 0300-8754-743, ਵਟਸਐਪ ਨੰਬਰ ਵੀ ਇਹੀ ਹੈ ਜੀ, ਲੋਕਲ ਨੰਬਰ ਵੀ ਇਹੀ ਹੈ। ਮਾਸ਼ਾਅੱਲਾ, ਚਾਰ ਦੰਦ ਮੂੰਹ ਚ, ਪਹਿਲਾਂ ਚੋਟੀ ਸੂਈ, ਪਿੱਛੇ ਕੱਟਾ, ਹਵਾਨਾ ਮਾਸ਼ਾਅੱਲਾ ਚੈੱਕ ਕਰਨਾ ਹੈ, ਖਾਲਸ ਦੁੱਧ, ਸਾਰਾ ਹੀ ਦੁੱਧ ਮਾਸ਼ਾਅੱਲਾ, ਬਰੀਕ ਹਵਾਨਾ ਜਿਵੇਂ ਕਿ ਪਿਓਰ ਫ੍ਰੀਜ਼ੀਅਨ ਇੰਪੋਰਟਡ ਡੱਚ ਗਾਏ ਹੁੰਦੀ ਹੈ, ਉਸੇ ਤਰ੍ਹਾਂ ਹੀ ਮਾਸ਼ਾਅੱਲਾ ਇਹਦਾ ਹਵਾਨਾ ਹੈ। ਜਿਸ ਤਰ੍ਹਾਂ ਇਹ ਚੈੱਕ ਕਰਨਾ, ਪਿੱਛੇ ਬਛੜਾ ਕੱਟਾ, ਇਹ ਚ ਪਿੱਛੇ ਕੱਟਾ, ਬਰੀਡਰ ਬਣੇਗਾ ਬੜਾ ਤਗੜਾ ਵੀ, ਦਰਿਆ ਸਤਲੁਜ ਦਾ। ਅਗਲੀ ਸਾਈਡ ਤੇ ਹਵਾਨਾ ਸੋਹਣਾ, ਪਿਛਲੀ ਸਾਈਡ ਤੇ ਮਾਸ਼ਾਅੱਲਾ ਹਵਾਨਾ ਸੋਹਣਾ। ਇਹ ਚੈੱਕ ਕਰੋ, 4,10,000 ਰੁਪਏ ਡਿਮਾਂਡ, ਕਿਸੇ ਮੇਰੇ ਭਰਾ ਵੀਰ ਦੇ, ਦਰਿਆ ਸਤਲੁਜ ਦਾ ਤੋਹਫਾ, ਆਵੇ ਪਸੰਦ, ਰਾਬਤਾ ਕਰਕੇ ਪਰਚੇਜ ਕਰ ਸਕਦਾ ਹੈ। ਦੋਸਤੋ, ਪਾਕ ਪਤਨ ਕਾਉਸ ਗਰੰਟੀ ਵਾਲਾ ਚੈਨਲ, ਭਰੋਸੇ ਵਾਲਾ ਚੈਨਲ, ਇਤਮਾਦ ਵਾਲਾ ਚੈਨਲ। ਲਓ ਜੀ, ਦਰਿਆ ਦਾ ਤੋਹਫਾ ਬਰਾਵੀਰ ਚੈੱਕ ਕਰਦੇ ਹਨ, ਦਰਿਆ ਤੇ ਆਇਆ ਸਲਾਬ। ਬਰਾਵੀਰ ਵਿਚਾਰੇ ਤੰਗ ਹਨ ਚਾਰੇ ਤੋਂ, ਜਿਹਦੀ ਵਜ੍ਹਾ ਤੁਸੀਂ ਪਰਚੇਜ ਕੀਤੀ ਹੈ। ਇਹ ਸਾਰੇ ਬਰਾਵਾਂ ਵੀਰਾਂ ਥੋੜੇ ਜਲਕੀ ਹਟ ਤੇ ਦਿਖਾਵਾਂਗੇ, ਦਰਿਆ ਦੇ ਤੋਹਫੇ ਹੈ ਕਿ ਨਹੀਂ। ਇਹ ਚੈੱਕ ਕਰਨਾ ਦਰਿਆ ਦੀ ਮੱਝ, ਇਹ ਸਾਰਾ ਮਾਲ ਉਹਨਾਂ ਕੋਲ ਮੌਜੂਦ ਹੈ। ਇਹ ਹੈ ਮਾਸ਼ਾਅੱਲਾ, ਚੈੱਕ ਕਰਨਾ ਬਰਾਵਾਂ ਵੀਰਾਂ ਨੇ, ਬਰੀਡਰ ਸਾਰੇ, ਚੰਗਾ ਮਾਲ ਤੇ ਤੋਹਫੇ ਤੇ ਹੀਰੇ। ਇਹ ਚੈੱਕ ਕਰੋ, ਇਹ ਪਰਾਲੀ ਖਾ ਰਹੀਆਂ ਤਾਂ ਕਿ ਸਲਾਬ ਆਇਆ ਤੇ ਚਾਰਾ ਕੋਈ ਨਹੀਂ, ਜਿਹਦੀ ਵਜ੍ਹਾ ਜਾਂ ਜਾਨਵਰ ਸੇਲ ਕਰ ਰਹੇ ਹਨ। ਇਹ ਪਰਾਲੀ ਵਿੱਚ ਚੈੱਕ ਕਰਨਾ, ਬਰਾਵਾਂ ਨੇ ਮੁੰਜੀ ਖਾ ਰਹੀਆਂ ਨੇ ਤਾਂ ਕਿ ਚਾਰੇ ਦੀ ਕਿੱਲਤ ਦੀ ਵਜ੍ਹਾ ਤੋਂ ਜਾਨਵਰ ਸੇਲ ਕਰ ਰਹੇ ਹਨ। ਕਿਸੇ ਬਰਾਵੀਰ ਤੇ ਪਸੰਦ ਆਵੇ, ਪਿਓਰ ਨੀਲੀ ਜੁੱਟ ਜਿਹੜੀ ਦਿਖਾਈ ਗਈ ਹੈ, ਰਾਬਤਾ ਕਰਕੇ ਪਰਚੇਜ਼ ਕਰ ਸਕਦਾ ਹੈ ਇਨਸ਼ਾਅੱਲਾ। ਦੋਸਤੋ, ਮਿਲਾਂਗੇ ਇੱਕ ਨਈ ਵੀਡੀਓ ਦੇ ਨਾਲ, ਆਪਣੇ ਫਰਾਜ਼ ਦੋਸਤ ਨੂੰ ਦੇ ਇਜਾਜ਼ਤ, ਅੱਲਾ ਨਿਗਹਬਾਨ।